ਅਬੋਹਰ ਦੇ ਹਲਕਾ ਬਲਵਾਣਾ ਦੇ ਪਿੰਡ ਕੁੰਡਲ ਦੇ ਸਰਪੰਚ ਜਗਮਨਦੀਪ ਸਿੰਘ ਮਿੰਕੂ ਅਤੇ ਉਸ ਦੇ ਸਾਥੀ ਉੱਪਰ ਮੰਗਲਵਾਰ ਸਵੇਰੇ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਮਿੰਕੂ ਅਤੇ ਉਸ ਦਾ ਸਾਥੀ ਮੋਟਰਸਾਈਕਲ ਤੇ ਅਬੋਹਰ ਆ ਰਹੇ ਸੀ ਕਿ ਰਸਤੇ ਵਿੱਚ ਮਿੱਤਰਾਂ ਦੇ ਢਾਬੇ ਕੋਲ ਪਿੱਛੋਂ ਆ ਰਹੀ ਇਨੋਵਾ ਨੇ ਓਵਰਟੇਕ ਕਰਕੇ ਇਹਨਾਂ ਨੂੰ ਟੱਕਰ ਮਾਰੀ ਅਤੇ ਇਸ ਤੋਂ ਬਾਅਦ ਅੰਨੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਮਿੰਕੂ ਦੇ 2 ਗੋਲੀਆਂ ਲੱਗੀਆਂ ਤੇ ਉਸ ਦੇ ਸਾਥੀ ਦੇ 4 ਗੋਲੀਆਂ ਲੱਗੀਆਂ। ਇਸ ਤੋਂ ਬਾਅਦ ਮਿੰਕੂ ਉੱਤੇ ਤੇਜ਼ਰ ਹਥਿਆਰਾਂ ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ। ਸਿਵਲ ਹਸਪਤਾਲ ਵਿੱਚ ਦਾਖਲ ਜਗਸੀਰ ਸਿੰਘ ਪੁੱਤਰ ਜਗਰਾਜ ਸਿੰਘ ਨੇ ਦੱਸਿਆ ਕਿ ਮੈਂ ਤੇ ਮਿੰਕੂ ਪਿੰਡ ਕੁੰਡਲ ਤੋਂ ਅਬੋਹਰ ਮੋਟਰਸਾਈਕਲ ਤੇ ਜਾ ਰਹੇ ਸੀ ਕਿ ਮਲੋਟ ਰੋਡ ਤੇ ਮਿੱਤਰਾਂ ਦੇ ਢਾਬੇ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੀ ਇਨੋਵਾ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ। ਜਗਸੀਰ ਨੇ ਦੱਸਿਆ ਕਿ ਸੋਮਵਾਰ ਨੂੰ ਕੁਝ ਨੌਜਵਾਨਾਂ ਵੱਲੋਂ ਮਾਮੂਲੀ ਗੱਲ ਨੂੰ ਲੈ ਕੇ ਮਿੰਕੂ ਨਾਲ ਬਹਿਸਬਾਜ਼ੀ ਹੋਈ ਸੀ, ਜਿਸ ਤੋਂ ਬਾਅਦ ਉਹਨਾਂ ਨੇ ਫੋਨ ਕਰਕੇ ਕਾਫੀ ਬਹਿਸ ਕੀਤੀ ਸੀ। ਉੱਥੇ DSP ਦਿਹਾਤੀ ਅਵਤਾਰ ਸਿੰਘ ਨੇ ਦੱਸਿਆ ਕਿ ਜਗਸੀਰ ਸਿੰਘ ਤੇ ਮਿੰਕੂ ਸਰਪੰਚ ਮੋਟਰਸਾਈਕਲ ਤੇ ਅਬੋਹਰ ਨੂੰ ਜਾ ਰਹੇ ਸਨ। ਇਸ ਦੌਰਾਨ ਉਹਨਾਂ ਤੇ ਹਮਲਾ ਹੋਇਆ। ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕੀ ਨਾਂ ਹੈ ਤੁਹਾਡਾ, ਕਿੱਥੋਂ ਆ ਰਹੇ ਸੀ ਤੁਸੀਂ? ਜਗਸੀਰ ਸਿੰਘ ਜੀ, ਪਿੰਡ ਤੋਂ ਆ ਰਹੇ ਸੀ। ਮੈਂ ਤਾਂ ਸਰਪੰਚ ਸੀ। ਕੀ ਗੱਲ ਹੋਈ? ਤਾਰ ਮਾਰ ਕੇ ਗੋਲਗਾ ਮਾਰ ਗਈ ਆ ਸਾਡੇ। ਕੌਣ ਕੌਣ ਸੀ ਬੰਦੇ? ਕਈ ਜਣੇ ਸੀ, ਚਾਰ ਪੰਜ ਛੇ ਜਣੇ ਸੀ। ਹੈ ਕੋਈ ਪਤਾ ਜੀ ਉਹਨਾਂ ਦਾ? ਇੱਕ ਦੋ ਦਾ ਪਤਾ, ਬਾਕੀ ਦਾ ਨਹੀਂ। ਜਿਹੜੇ ਕੌਣ ਸੀ ਜਿਹਨਾਂ ਦਾ ਪਤਾ ਤੁਹਾਨੂੰ ਜੀ? ਇੱਕ ਤਾਂ ਜਾਗਵੀਰ ਸੀਗਾ, ਬੋਵੀ ਤੇ ਖੰਡਗੀ। ਕਿੱਥੋਂ ਦੇ ਜੀ? ਕੁੰਡਲ ਦੇ। ਤੇ ਕੋਈ ਕੀ ਗੱਲਬਾਤ ਕੀ ਤੁਹਾਡੇ ਨਾਲ ਪਹਿਲਾਂ? ਬਸ ਸਾਡੀ ਕੱਲ੍ਹ ਜਿਹੜਾ ਜਦਾਈ ਹੋਈ ਸੀ। ਘਟਨਾ ਹੋਈ, ਕੀ ਮਾਮਲਾ ਜੀ? ਜਗਵੀਰ ਸਿੰਘ ਮੁੰਡਾ ਦੱਸਦੇ ਇਹਨਾਂ ਦੇ ਪਿੰਡ ਦਾ, ਉਹਦੇ ਨਾਲ ਬੰਦੇ ਹੋਰ ਸੀ, ਰੇਲ ਵੀ ਕਰਦੇ ਸਰ। ਦੁਸ਼ਮਣੀ ਕੀ ਸੀ ਸਰ ਇਹਨਾਂ ਦੀ? ਦੁਸ਼ਮਣੀ ਕੋਈ ਖਾਸ ਨਹੀਂ, ਮਾੜੀ ਮੋਟੀ ਆਪਸ ਖੈ ਭਾਜੀ ਪਿੰਡ 'ਚ ਬਸ। ਅਬੋਹਰ ਤੋਂ ਸੰਦੀਪ ਸੋਖਲ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਪੰਜਾਬ ਵਿੱਚ 90% ਇੰਡਸਟਰੀ ਮਾਈਕਰੋ ਸਮਾਲ ਅਤੇ ਮੀਡੀਅਮ ਹੈ। ਇਸ ਮਾਈਕਰੋ ਸਮਾਲ ਅਤੇ ਮੀਡੀਅਮ ਇੰਡਸਟਰੀ ਨੂੰ ਸਭ ਤੋਂ ਵੱਡੀ ਲੋੜ 24 ਘੰਟੇ ਬਿਜਲੀ ਅਤੇ ਸਸਤੀ ਬਿਜਲੀ ਦੀ ਹੈ। ਪਿਛਲੇ 4-5 ਸਾਲਾਂ 'ਚ ਬਿਜਲੀ ਦੇ ਕੱਟ ਵੀ ਲੱਗਣ ਲੱਗ ਗਏ ਅਤੇ ਰੇਟ ਵੀ ਬਹੁਤ ਵੱਧ ਗਏ। ਮੈਂ ਵਾਅਦਾ ਕਰਦਾ ਸਾਡੀ ਆਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਵਿੱਚ ਅਸੀਂ ਬਿਜਲੀ ਵੀ 24 ਘੰਟੇ ਦੇਵਾਂਗੇ ਅਤੇ 5 ਰੁਪਏ ਯੂਨਿਟ ਅਸੀਂ ਸਮਾਲ ਮੀਡੀਅਮ ਅਤੇ ਮਾਈਕਰੋ ਇੰਡਸਟਰੀ ਨੂੰ ਬਿਜਲੀ ਦੇ ਰੇਟ ਦੇਵਾਂਗੇ, ਜਿਹਦੇ ਨਾਲ ਆਪਣੇ ਇੰਡਸਟਰੀ ਹਿੰਦੁਸਤਾਨ ਦੇ ਕੋਨੇ ਕੋਨੇ ਦੀ ਇੰਡਸਟਰੀ ਨਾਲ ਕੰਪੀਟ ਕਰ ਸਕੇ।